ਦਾ ਹਰੇ ਬੜੀ ਤੇਜ਼ੀ ਦੇ ਨਾਲ ਬੜੀ ਤੇਜ਼ੀ ਦੇ ਨਾਲ ਜਨਾਬੇ ਤਾਰੀਖ ਚੱਲਦੀ ਗਈ ਹੱਤਾ ਕਿ 1940 ਦੇ ਅੰਦਰ ਕਰਾਰਦਾਦੇ ਪਾਕਿਸਤਾਨ ਬਕਾਇਦਾ ਮਨਜ਼ੂਰ ਕਰ ਲਈ ਗਈ 1947 ਦੇ ਅੰਦਰ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਦੇ ਅੰਦਰ 27ਵੀਂ ਰਾਤ ਨੂੰ ਹੱਤਾ ਪਾਕ ਨੇ ਐ ਦਰਜੇ ਜਨਾਬੇ ਮੁਲਕ ਸਾਨੂੰ ਅਤਾ ਕਰ ਦਿੱਤਾ ਐ ਮੁਸਲਮਾਨ ਮੁਲਕ ਐ ਪਾਕਿਸਤਾਨ ਮੁਲਕ ਮਾਰਜੇ ਵਜੂਦ ਅੰਦਰ ਆ ਗਿਆ ਹੱਤਾ ਪਾਕ ਨੇ ਕਦਾਦ ਮੁਲਕ ਸਾਨੂੰ ਅਤਾ ਫਰਮਾ ਦਿੱਤਾ ਹਜ਼ਰਤ ਦੀ ਵਕਾਰ ਤਵੱਜੂ ਕਰਦੇ ਜਾਣਾ ਦਰਾਓ ਇੱਕ ਕੁਰਬਾਨੀ ਨਹੀਂ ਦੋ ਕੁਰਬਾਨੀਆਂ ਨਹੀਂ ਹਜ਼ਾਰਾਂ ਲੱਖਾਂ ਕੁਰਬਾਨੀਆਂ ਦੇ ਕੇ ਮੁਲਕ ਸਾਡੀ ਆਤਮ ਦਰਾਇਆ ਹਾਫਿਜ਼ ਅਬਦੁਲ ਕਾਦਰ ਰੂਪੜੀ ਰਹਿਮਤੁਲਾਹ ਅਲੈਹ ਫਰਮਾਉਂਦੇ ਨੇ ਮੈਂ ਵੀ ਆਇਆ ਹਿੰਦੁਸਤਾਨ ਦੇ ਵਿੱਚੋਂ ਪਾਕਿਸਤਾਨ ਦੇ ਅੰਦਰ ਰੂਪੜ ਛੱਡ ਕੇ ਤੇ ਪਾਕਿਸਤਾਨ ਆਇਆ ਰਸਤੇ ਦੇ ਅੰਦਰ ਇੱਕ ਔਰਤ ਮਿਲੀ ਏ ਉਸ ਔਰਤ ਤੇ ਨਾ ਜ਼ੁਲਮ ਕੀਤਾ ਗਿਆ ਏ ਉਹਦੇ ਦੋਵੇਂ ਪਿਸਤਾਨ ਕੱਟ ਦਿੱਤੇ ਗਏ ਨੇ ਪੂਰਾ ਜਿਸਮ ਉਹਦਾ ਖੂਨ ਨਾਲ ਭਰਿਆ ਹੋਇਆ ਏ ਪੂਰੇ ਜਿਸਮ 'ਚ ਪੂਰੇ ਜਨਾਬ ਜਿਸਮ ਖੂਨ ਨਾਲ ਜਨਾਬ ਲੱਦਪਾਤ ਖੂਨ 'ਚ ਨਹਾਉਂਦੀ ਪਈ ਔਰਤ ਅੱਲਾ ਅੱਲਾ ਫਰਮਾਉਂਦੇ ਨੇ ਸਾਡੇ ਬਜ਼ੁਰਗ ਉਹਨਾਂ ਦੇ ਕਰੀਬ ਗਏ ਪਰ ਜਾ ਕੇ ਪੁੱਛਿਆ ਬੀਬੀ ਇਹ ਕਿਉਂ ਤੇ ਨਲਿੰਜ ਕੀਤਾ ਏ ਅੱਗੋਂ ਨੇ ਜਵਾਬ ਦਿੱਤਾ ਮੈਨੂੰ ਮੇਰੇ ਜਿਸਮ ਦੇ ਇਸ ਹਿੱਸੇ ਨੂੰ ਤਾਂ ਕੱਟਿਆ ਗਿਆ ਏ ਹਿੰਦੂ ਆਖੀ ਆਏ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਗੈਰਤਮੰਦ ਮਾਂ ਦਾ ਦੁੱਧ ਕੋਈ ਹੋਰ ਪੁੱਤਰ ਪੀ ਸਕੇ ਉਹ ਮਾਵਾਂ ਹੀ ਮੁੱਕ ਗਈਆਂ ਜਿਹੜੀਆਂ ਮਾਵਾਂ ਗੈਰਤਮੰਦ ਸਨ ਜਿਨ੍ਹਾਂ ਮਾਵਾਂ ਦੇ ਗੈਰਤਮੰਦ ਦੂਧ ਸਨ ਅੱਜ ਉਹ ਮਾਵਾਂ ਦੁਨੀਆਂ ਤੋਂ ਤੁਰ ਗਈਆਂ ਨੇ ਜਿਹੜੀਆਂ ਮਾਵਾਂ ਮੁਸੱਲੇ ਤੇ ਬੈਠੀਆਂ ਕਰਦੀਆਂ ਸਨ ਯਾਰ ਉਹ ਮਾਵਾਂ ਦੁਨੀਆਂ ਤੋਂ ਤੁਰ ਗਈਆਂ ਨੇ ਜਿਹੜੀਆਂ ਮਾਵਾਂ ਬੱਚੇ ਨੂੰ ਦੁੱਧ ਪਿਲਾਉਣ ਲੱਗੀਆਂ ਵੁਜ਼ੂ ਕਰਿਆ ਕਰਦੀਆਂ ਸਨ ਉਹ ਮਾਵਾਂ ਹੀ ਦੁਨੀਆਂ ਤੋਂ ਤੁਰ ਗਈਆਂ ਨੇ ਅੱਜ ਮਾਂ ਇੱਕ ਹੱਥ ਅੰਦਰ ਮੋਬਾਈਲ ਤੇ ਫੇਸਬੁੱਕ ਚਲਾਉਂਦੀ ਏ ਤੇ ਗੋਦੀ ਵਿੱਚ ਬੱਚੇ ਨੂੰ ਦੁੱਧ ਪਿਲਾਉਂਦੀ ਏ ਅੱਜ ਮਾਂ ਨਾਲੇ ਹਾਂਡੀ ਪਕਾਉਂਦੀ ਏ ਨਾਲੇ ਇੰਡੀਆ ਦੀ ਮੂਵੀ ਵੇਖਦੀ ਏ ਤਾਂ ਹੀ ਤੇ ਟਿਕਟੋਕਰ ਜੰਮਣ ਲੱਗ ਪਏ ਨੇ ਤਾਂ ਹੀ ਤੇ ਯੂਟਿਊਬਰ ਜੰਮਣ ਲੱਗ ਪਏ ਨੇ ਤਾਂ ਹੀ ਤੇ ਹੁੰਡੇ ਤੇ ਮੁਸਟੰਡੇ ਜੰਮਣ ਲੱਗ ਪਏ ਨੇ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਹਜ਼ਰਤ ਦੀ ਵਕਾਰ ਤਵੱਜੋ ਕਰਨਾ ਦਰਾ 12 ਲੱਖ ਮੁਸਲਮਾਨ 12 ਲੱਖ ਮੁਸਲਮਾਨ ਆਦਾ ਤੀਜੀ ਤਰੀਕ ਅੰਦਰ ਕੁਰਬਾਨ ਹੋ ਗਏ ਇਹ ਗੱਲ ਮੈਂ ਕਿਸੇ ਕਿਤਾਬ 'ਚੋਂ ਨਹੀਂ ਪੜ੍ਹੀ ਇਹ ਗੱਲ ਮੈਂ ਕਿਸੇ ਜਗ੍ਹਾ ਤੋਂ ਪੜ੍ਹੀ ਨਹੀਂ ਕਿਸੇ ਕੋਲੋਂ ਸੁਣੀ ਨਹੀਂ ਬਲਕਿ ਚਸ਼ਮਦੀਦ ਗਵਾਵਾਂ ਮੈਨੂੰ ਇੱਕ ਬਾਬਾ ਮਿਲਿਆ ਹੁਜਰੇ ਦੇ ਇਲਾਕੇ ਦੇ ਅੰਦਰ ਹੁਜਰਾ ਸ਼ਾਹ ਮੁਕੀਮ ਦੇ ਇਲਾਕੇ ਦੇ ਅੰਦਰ ਅੱਲਾ ਬਾਰਡਰ ਦੇ ਇਲਾਕੇ ਦੇ ਅੰਦਰ ਮੈਂ ਤਕਰੀਰ ਕਰਨ ਵਾਸਤੇ ਗਿਆ ਇੱਕ ਬੁੜਾ ਬਾਬਾ ਮੇਰੇ ਕੋਲ ਆ ਕੇ ਬਹਿ ਗਿਆ ਮੈਨੂੰ ਕਹਿਣ ਲੱਗਾ ਮੌਲਾਨਾ ਇੱਕ ਨਹਿਰ ਮੈਨੂੰ ਵਿਖਾਈ ਬਾਬਾ ਜੀ ਨੇ ਕਹਿਣ ਲੱਗਾ ਮੌਲਾਨਾ ਐ ਉਹ ਨਹਿਰ ਇਸ ਨਹਿਰ ਦੇ ਅੰਦਰ ਆਜ਼ਾਦੀ ਜਸ਼ਨ ਆਜ਼ਾਦੀ ਦਾ ਨਾਰਾ ਲਾਉਣ ਵਾਲਿਓ ਬਾਬਾ ਕਹਿ ਰਿਹਾ ਸਨ 47 ਦੇ ਅੰਦਰ ਇਸ ਨਹਿਰ ਦੇ ਅੰਦਰ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਇਸ ਨਹਿਰ 'ਚੋਂ ਪਾਣੀ ਨਹੀਂ ਸੀ ਵਗਦਾ ਇਸ ਨਹਿਰ 'ਚੋਂ ਖੂਨ ਵਗਦਾ ਸੀ ਇਸ ਨਹਿਰ 'ਚੋਂ ਮੁਸਲਮਾਨਾਂ ਦਾ ਖੂਨ ਵਗਦਾ ਸੀ ਬਾਬੇ ਨੂੰ ਨਹਿਰ ਵੀ ਮੈਨੂੰ ਵਿਖਾਈ ਮੈਂ ਆਪਣੀਆਂ ਅੱਖਾਂ ਨਾਲ ਨਹਿਰ ਵੇਖੀ ਬਾਬੇ ਦੀ ਗੱਲ ਮੈਂ ਆਪਣੇ ਕੰਨਾਂ ਨਾਲ ਸੁਣੀ ਹਜ਼ਰਤ ਦੀ ਵਕਾਰ ਇਹ ਸਾਡੀਆਂ ਕੁਰਬਾਨੀਆਂ ਨੇ ਸੁਮਲਕ ਵਾਸਤੇ ਇਹ ਵੱਡੇ ਵੱਡੇ ਲੋਕ ਇਹ ਸਾਡੇ ਵੱਡੇ ਜਿੰਨੇ ਸੁਮਲਕ ਵਾਸਤੇ ਆਪਣੀਆਂ ਜਾਨਾਂ ਦੇ ਨਜ਼ਰਾਨੇ ਪੇਸ਼ ਕਰ ਦਿੱਤੇ ਆਪਣੀਆਂ ਜਾਨਾਂ ਦਾ ਨਜ਼ਰਾਨਾ ਦੇ ਦਿੱਤਾ ਇੱਕ ਹੀ ਨਾਰਾ ਲਾਇਆ ਨਾ ਪਾਕਿਸਤਾਨ ਕਾ ਮਤਲਬ ਕਿਆ ਲਾ ਇਲਾਹਾ ਇਲੱਲਾਹ ਅੱਜ ਮੁਲਕ ਆਜ਼ਾਦ ਸਾਨੂੰ ਮਿਲ ਗਿਆ ਏ ਬਿਲਕੁਲ ਮਿਲ ਗਿਆ ਏ ਲੇਕਿਨ ਲਾ ਇਲਾਹਾ ਇਲੱਲਾਹ ਦਾ ਮਾਨਾ ਹੋਈਏ ਜਿਹੜਾ ਮੇਰੇ ਪੈਗੰਬਰ ਨੇ ਮੱਕਾ ਫਤਿਹ ਕਰਨ ਲੱਗੀਆਂ ਫਰਮਾਇਆ ਲਾ ਇਲਾਹਾ ਇਲੱਲਾਹ ਦਾ ਨਾਰਾ ਪੜ ਕੇ ਮੇਰੇ ਨਬੀ ਨੇ ਬੁੱਤ ਤੋੜੇ ਚਾਹੀਦਾ ਤੇ ਸੀ ਪਾਕਿਸਤਾਨ ਕਾ ਮਤਲਬ ਕਿਆ ਲਾ ਇਲਾਹਾ ਇਲੱਲਾਹ ਅੱਜ ਮੁਲਕ ਵਿੱਚੋਂ ਇੰਜ ਦੇ ਸਾਰੇ ਸ਼ਿਰਕ ਦੇ ਅੱਡੇ ਮੁਕਾ ਦਿੱਤੇ ਜਾਂਦੇ ਕੋਈ ਇੱਕ ਅੱਡਾ ਵੀ ਸ਼ਿਰਕ ਦਾ ਨਾਮ ਰਹਿ ਜਾਂਦਾ ਲੇਕਿਨ ਅੱਜ ਮਸਜਿਦਾਂ ਥੋੜੀਆਂ ਨੇ ਸ਼ਿਰਕ ਦੇ ਅੱਡੇ ਬਹੁਤੇ ਨੇ ਮਸਜਿਦਾਂ ਵਿੱਚ ਫੰਡ ਕੋਈ ਨਹੀਂ ਸ਼ਿਰਕ ਦੇ ਅੱਡਿਆਂ ਵਿੱਚ ਇੰਨੇ ਫੰਡ ਨੇ ਐਡੇ ਐਡੇ ਕੱਲੇ ਭਰੇ ਪੈ ਨੇ ਅੱਲਾ ਜਾਣਦਾ ਹੈ ਤੁਹਾਡੇ ਕਰੀਬ ਵੀ ਇੱਕ ਦਰਬਾਰ ਹੈ ਮੈਂ ਉੱਥੇ ਆਪ ਆਪਣੀਆਂ ਅੱਖਾਂ ਨਾਲ ਵੇਖੀ ਹੈ 5-5 ਹਜ਼ਾਰ ਦੇ ਕਈ ਕਈ ਨੋਟ ਗੱਲ
ਕੋਨਿਆਂ ਵਿੱਚ ਮੌਜੂਦ ਨੇ ਨਾ ਮਸਜਿਦਾਂ ਨੂੰ ਫੰਡ ਕੋਈ ਨਹੀਂ ਦਿੰਦਾ ਕੰਨੇ ਜਨਾਬ ਦਰਬਾਰਾਂ ਦੇ ਭਰੇ ਪਏ ਨੇ ਸ਼ਿਰਕ ਦੀ ਅੱਡੀਆਂ ਤੇ ਪੈਸੇ ਮੌਜੂਦ ਨੇ ਮਦਰਸੇ ਦੇ ਅੰਦਰ ਪੜਨ ਵਾਲੇ ਬੱਚਿਆਂ ਨੂੰ ਲੋਕ ਬੁਰੀ ਨਜ਼ਰ ਨਾਲ ਵੇਖਦੇ ਨੇ ਦਰਬਾਰਾਂ ਤੇ ਔਰਤਾਂ ਸਿਰ ਤੋਂ ਦੁਪੱਟੇ ਲਾ ਕੇ ਧੂਲ ਦੀ ਥਾਪ ਤੇ ਨੱਚਦੀਆਂ ਨਜ਼ਰ ਆਉਂਦੀਆਂ ਨੇ ਕਿਵੇਂ ਮੰਨਦੇ ਜੇ ਕਿ ਮੁਲਕ ਆਜ਼ਾਦ ਹੋ ਗਿਆ ਹੈ ਮੇਰੇ ਨਬੀ ਨੇ 1400 ਸਾਲ ਪਹਿਲਾਂ ਆਜ਼ਾਦੀ ਦਾ ਮਾਨਾ ਦਾ ਦਿੱਤਾ ਹੈ ਫਤਹ ਮੱਕਾ ਦਾ ਮਤਲਬ ਕਿਆ ਲਾ ਇਲਾਹਾ ਇਲੱਲਾਹ ਬੁੱਤ ਤੋੜ ਦਿੱਤੇ ਮੇਰੇ ਪੈਗੰਬਰ ਨੇ ਅੱਲਾ ਦੀ ਕਸਮੇ ਕੁਝ ਨਹੀਂ ਜੀ ਹੋਣਾ ਗੱਲਾਂ ਨੇ ਸਿੱਧੀਆਂ ਸਿੱਧੀਆਂ ਅਗਰ ਤੁਸੀਂ ਸਮਝੋ ਮੁਲਕ ਤਰੱਕੀ ਕਰੇਗਾ ਇਹਨੇ ਕੋਈ ਤਰੱਕੀ ਨਹੀਂ ਕਰਨੀ ਤਰੱਕੀ ਉਦੋਂ ਕਰਨੀ ਹੈ ਜਦੋਂ 12 ਲੱਖ ਸ਼ਹਾਦਤਾਂ ਮੈਂ ਕਹਿਣਾ ਹਾਂ ਅਗਰ ਪਾਕਿਸਤਾਨ ਦਾ ਮਤਲਬ ਕਿਆ ਲਾ ਇਲਾਹਾ ਇਲੱਲਾਹ ਦਾ ਨਾਰਾ ਨਾ ਹੁੰਦਾ ਇੱਕ ਬੰਦਾ ਵੀ ਆਪਣੀ ਗਰਦਨ ਨਾ ਕਟਾਉਂਦਾ ਇੱਕ ਮਾਂ ਵੀ ਆਪਣੀ ਸਮਗਦਰੀ ਨਾ ਕਰਵਾਉਂਦੀ ਇੱਕ ਬੱਚਾ ਵੀ ਜ਼ਿਬਾ ਨਾ ਹੁੰਦਾ 12 ਲੱਖ ਬੰਦਿਆਂ ਅਗਰ ਕੁਰਬਾਨੀ ਦਿੱਤੀਏ ਤੇ ਕਲਮਾ ਲਾ ਇਲਾਹਾ ਇਲੱਲਾਹ ਤੋਂ ਦਿੱਤੀਏ ਮਾਵਾਂ ਦੀਆਂ ਇਸਮਤਾਂ ਲੁੱਟੀਆਂ ਨੇ ਤੇ ਕਲਮਾ ਲਾ ਇਲਾਹਾ ਇਲੱਲਾਹ ਤੋਂ ਲੁੱਟੀਆਂ ਨੇ ਬੱਚੇ ਛੋਟੇ ਛੋਟੇ ਬੱਚੇ ਨੇਜੇ ਦੀਆਂ ਤੇ ਚੜੇ ਨੇ ਕਲਮਾ ਲਾ ਇਲਾਹਾ ਇਲੱਲਾਹ ਤੋਂ ਚੜੇ ਨੇ ਕਿਉਂ ਨਹੀਂ ਜੇ ਗੱਲ ਨੂੰ ਸਮਝਦੇ ਕਿਉਂ ਨਹੀਂ ਜੇ ਤੁਹਾਡੀ ਅਕਲ ਅੰਦਰ ਇਹ ਗੱਲ ਆਉਂਦੀ ਤੁਸੀਂ ਕੀ ਸਮਝਦੇ ਹੋ ਤਰੱਕੀਆਂ IMF ਕੋਲੋਂ ਮਿਲਣਗੀਆਂ ਜਿੰਨੀ ਦੇਰ ਤੱਕ ਤੁਸੀਂ ਉਸ 12 ਲੱਖ ਸ਼ਹੀਦਾਂ ਦੇ ਖੂਨ ਨਾਲ ਖਿਲਵਾੜ ਕਰਦੇ ਰਹੋਗੇ ਉਨੀ ਦੇਰ ਤੱਕ ਤੁਹਾਨੂੰ ਲਿੱਤਰ ਹੀ ਵੱਜਦੇ ਰਹਿਣਗੇ ਹੈਰਾਨ ਵਾਲਾ ਹੁਕਮਰਾਨ ਤੁਹਾਨੂੰ ਪਿਉ ਪਿਉ ਕੇ ਲਿੱਤਰ ਮਾਰੇਗਾ ਕਿਉਂ ਮਾਰੇਗਾ ਕਿਉਂਕਿ ਤੁਸੀਂ 12 ਲੱਖ ਸ਼ਹੀਦਾਂ ਦੀ ਸ਼ਹਾਦਤ ਦਾ ਮਜ਼ਾਕ ਉਡਾਉਂਦੇ ਹੋ ਚੱਪੇ ਚੱਪੇ ਤੇ ਗੈਰੁੱਲਾ ਨੂੰ ਪੂਜਾ ਥਾਂ ਥਾਂ ਤੇ ਗੈਰੁੱਲਾ ਨੂੰ ਪੂਜਾ ਜਗ੍ਹਾ ਜਗ੍ਹਾ ਤੇ ਗੈਰੁੱਲਾ ਨੂੰ ਸਜਦੇ ਕੋਈ ਸੱਯਦ ਦੇ ਗਿੱਟੇ ਪਿਆ ਚੁੰਮੇ ਕੋਈ ਸ਼ਾਹ ਦੀਆਂ ਜਨਾਬ ਲੱਤਾਂ ਪਿਆ ਚੁੰਮੇ ਕੋਈ ਪੀਰ ਦੀ ਗੱਡੀ ਦੇ ਟਾਇਰ ਪਿਆ ਚੁੰਮੇ ਤੇ ਸਮਝੋ ਮੁਲਕ ਅਜ਼ਾਦ ਦੇ ਰੱਬੇ ਕਾਬਾ ਦੀ ਕਸਮ ਹੈ ਆਜ਼ਾਦੀ ਦਾ ਨਾਮ ਹੈ ਨਹੀਂ ਆਜ਼ਾਦੀ ਦਾ ਨਾਮ ਹੈ ਸਰ ਕੱਟ ਸਕਦਾ ਹੈ ਪਰ ਰੱਬ ਤੋਂ ਇਲਾਵਾ ਕਿਸੇ ਗੈਰ ਦੇ ਸਾਹਮਣੇ ਝੁਕ ਨਹੀਂ ਸਕਦਾ ਜਿਤਨੀ ਦੇਰ ਤੱਕ ਇਸ ਮੁਲਕ ਕੀ ਅਰਜ਼ ਪਰ ਮੁਲਕ ਦਾ ਨਾਂ ਕੀ ਹੈ ਪਾਕਿਸਤਾਨ ਪੁੱਛੋ ਪੜੋਸੀ ਉਹਨੇ ਪਾਕਿਸਤਾਨ ਕਿਉਂ ਰੱਖਾ ਥਾ ਇਸ ਲਈ ਰੱਖਾ ਥਾ ਇਹ ਪਾਕ ਜ਼ਮੀਨ ਹੈ ਇਸ ਜ਼ਮੀਨ ਪਰ ਨਾ ਕੋਈ ਕ੍ਰਿਸ਼ਨ ਕੇ ਬੁੱਤ ਕੋ ਸਜਦਾ ਕਰਤਾ ਹੈ ਇਸ ਮੁਲਕ ਮੇ ਨਾ ਕੋਈ ਲਾਲ ਦੇਵੀ ਕੇ ਬੁੱਤ ਕੋ ਸਜਦਾ ਕਰਤਾ ਹੈ ਇਸ ਮੁਲਕ ਮੇ ਨਾ ਕੋਈ ਗੁਰੂ ਗੰਡਾਲ ਕੇ ਬੁੱਤ ਕੋ ਸਜਦਾ ਕਰਤਾ ਹੈ ਇਸੀ ਲਈ ਇਸ ਕਾ ਨਾਮ ਪਾਕਿਸਤਾਨ ਰੱਖਾ ਗਿਆ ਥਾ ਉੱਥੇ ਗੁਰੂ ਗੰਡਾਲ ਨੂੰ ਪੂਜਦੇ ਥਾ ਇੱਥੇ ਕਬਰਾਂ ਪੂਜਦੇ ਆ ਮੁਲਕ ਆਜ਼ਾਦ ਕਰਤਾ ਹੋਇਆ ਹੈ ਕਾਦਾ ਮੁਲਕ ਆਜ਼ਾਦ ਹੈ ਉੱਥੇ ਖੜੀਆਂ ਪੂਜਦੇ ਸਾਂ ਇੱਥੇ ਪੜੀਆਂ ਪੂਜਨੇ ਆ ਮੁਲਕ ਆਜ਼ਾਦ ਹੈ ਆਜ਼ਾਦ ਤਬ ਹੋਗਾ ਜਬ ਮੇਰੇ ਪੈਗੰਬਰ ਕਾ ਬਤਲਾਇਆ ਹੁਆ ਵੋ ਮਾਨਾ ਆਏਗਾ ਫਤਹ ਮੱਕਾ ਕਾ ਮਤਲਬ ਕਿਆ ਬੋਲੋ ਲਾ ਇਲਾਹਾ ਪਾਕਿਸਤਾਨ ਕਾ ਮਤਲਬ ਕਿਆ ਲਾ ਇਲਾਹਾ ਇਲੱਲਾ ਨਾਰਾ ਬਾਅਦ ਚਲਾਇਆ ਜੀ ਪਹਿਲੇ ਫਤਹ ਮੱਕਾ ਕਮ ਉਹ ਸਮਝ ਲਓ ਉਹ ਸਮਝ ਆ ਗਿਆ ਤੇ ਆਪੇ ਸਮਝ ਆ ਜਾਏ ਅੱਲਾ ਅੱਲਾ ਮੈਂ ਕੁਰਬਾਨ ਜਾਵਾਂ ਫਤਹ ਮੱਕਾ ਕਾ ਮਤਲਬ ਕਿਆ ਬੋਲੋ ਲਾ ਇਲਾਹਾ ਲਾ ਇਲਾਹਾ ਇਲੱਲਾਹ ਹਜ਼ਰਤ ਦੀ ਵਕਾਰ ਮੇਰੇ ਨਬੀ ਪਾਕ ਨੇ ਸਾਰੇ ਜ਼ਮਾਨੇ ਜਾਲੀਅਤ ਦੀਆਂ ਗੱਲਾਂ ਆਪਣੇ ਪੈਰਾਂ ਥੱਲੇ ਰੌਂਦ ਦਿੱਤੀਆਂ ਅੱਜ ਕਿਹੜੀ ਜਹਾਲਤ ਜਿਹੜੀ ਸਾਡੇ ਵਿੱਚ ਮੌਜੂਦ ਕੋਈ ਨਹੀਂ ਲੋਕੀ ਕਛੂਆਂ ਨੂੰ ਆਪਣਾ ਮਬੂਦ ਬਣਾਈ ਫਿਰਦੇ ਨੇ ਲੋਕੀ ਗਾਲਾਂ ਕੱਢਣ ਵਾਲਿਆਂ ਨੂੰ ਆਪਣਾ ਮਬੂਦ ਬਣਾਈ ਫਿਰਦੇ ਨੇ ਪਰ ਲੋਕੀ ਤੇ ਦਰਖਤਾਂ ਦੇ ਅੱਗੇ ਸਜਦੇ ਪੈ ਕਰਦੇ ਨੇ ਤੁਸੀਂ ਕਹਿੰਦੇ ਹੋ ਮੁਲਕ ਆਜ਼ਾਦ ਹੈ ਨਾ 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 ਆਜ਼ਾਦ ਉਦਣ ਹੋਏਗਾ ਜਿੱਦਣ ਸਾਰੀਆਂ ਚੀਜ਼ਾਂ ਸਾਡੇ ਚੋਂ ਮੁੱਕ ਜਾਣਗੀਆਂ ਹਜ਼ਰਤ ਦੀ ਵਕਾਰ ਸਾਡੇ ਤੇ ਹਿੰਦੂ ਵੀ ਵਾਰ ਪੇ ਕਰਦੇ ਨੇ ਤਾਂ ਕਿ ਮੁਲਕ ਦੀ ਤਹਿਜ਼ੀਬ ਬਰਬਾਦ ਹੋ ਜਾਏ ਪਰ ਸ਼ੁਰੂ ਵਿੱਚ ਮੈਂ ਇੱਕ ਗੱਲ ਕੀਤੀ ਸੀ ਐਂਡ ਤੇ ਉਹ ਗੱਲ ਕਰਕੇ ਆਪਣੀ ਗੁਫ਼ਤਗੂ ਨੂੰ ਖਤਮ ਕਰ ਦੇਵਾਂ ਅੰਗਰੇਜ਼ ਨਸ ਗਿਆ ਏ ਕਹਿ ਕੇ ਜਦੋਂ ਤੱਕ ਇਹਨਾਂ ਕੋਲ ਕੁਰਾਨ ਹੈ ਉਦੋਂ ਤੱਕ ਅਸੀਂ ਇਹਨਾਂ ਤੇ ਗਾਲਬ ਆ ਸਕਦੇ ਨਹੀਂ ਆ ਸਕਦੇ ਅੰਗਰੇਜ਼ ਚਲਾ ਗਿਆ ਲੇਕਿਨ ਉੱਥੇ ਜਾ ਕੇ ਉਹਨੇ ਸੋਚਿਆ ਇਹ ਕੁਰਾਨ ਨੂੰ ਕਿਵੇਂ ਇਹਨਾਂ ਕੋਲੋਂ ਜਨਾਬ ਇਹਨਾਂ ਕੋਲੋਂ ਕੁਰਾਨ ਛੁਡਾਈਏ ਫਿਰ ਉਹਨੇ ਸੋਚ ਸੋਚ ਕੇ ਤਰਕੀਬ ਨਿਕਾਲੀ ਇਹ ਅੱਲਾ ਕੀ ਕਿਤਾਬ ਹੈ ਕਿਤਾਬ ਕੋ ਇੰਗਲਿਸ਼ ਮੇਂ ਬੁੱਕ ਕਹਿੰਦੇ ਹੈ ਕਿਤਾਬ ਨੂੰ ਇੰਗਲਿਸ਼ ਕੀ ਕਹਿੰਦੇ ਨੇ
बोलो किताब नु इंग्लिश अंदर बुक कहिंदे ने। उन्हें आखिया मैं भी कोई किताब तैयार करा, इन्हां कोल अल्लाह दी बुक लैके मैं अपनी बुक इन्हां नु दे देवां। फिर उहदा तजर्बा कामयाब होया। उन्हें तजर्बा किवें कामयाब किया? साडे कोल अल्लाह दी बुक लैके सानू फेसबुक दे दी, फेसबुक साडे हत्थां विच फड़ा दी।